ਮਹਿੰਦਰ ਸਿੰਘ ਜੋਸ਼ੀ ਦੀ ਕਹਾਣੀ ਮਥਰਾ ਦਾ ਸਤ ਪੰਗ ਮਥਰਾ ਮਹਾਰਾਸ਼ਟਰ ਰਾਜ ਦੀ ਇੱਕ ਨਾਬਾਲਗ ਕੁੜੀ ਸੀ ਉਹਦੇ ਮਾਤਾ ਪਿਤਾ ਬਚਪਨ ਹੀ ਮਰ ਗਏ ਸਨ ਤੇ ਆਪਣੇ ਭਰਾ گاਮਾਂ ਨਾਲ ਰਹਿ ਰਹੀ ਸੀ ਇਸ ਮਜ਼ਦੂਰ ਕੁੜੀ ਨੂੰ ਰੋਜ਼ਗਾਰ ਦੇ ਸਿਲਸਿਲੇ 'ਚ ਨੁਸੀ ਨਾਂ ਦੀ ਕਿਸਤਰੀ ਦੇ ਘਰ ਜਾਣਾ ਪੈਂਦਾ ਜਿਹਦੀ ਭੈਣ ਦਾ ਪੁੱਤਰ ਅਸ਼ੋਕ ਉਹਦੇ ਕੋਲ ਠਹਿਰਿਆ ਹੋਇਆ ਸੀ ਮਥਰਾ ਤੇ ਅਸ਼ੋਕ ਦਾ ਸੰਪਰਕ ਪਿਆਰ 'ਚ ਬਦਲ ਗਿਆ ਤੇ ਉਹਨਾਂ ਨੇ ਜ਼ਿੰਦਗੀ ਬਣਾਉਣ ਦੀ ਨੀਅਤ ਬਣਾ ਲਈ ਰਾਮਾ ਪਰ ਉਹਨਾਂ ਦੇ ਸੰਜੋਗ ਤੇ ਖੁਸ਼ ਨਹੀਂ ਸੀ ਉਹਨੇ 26 ਮਾਰਚ 1972 ਨੂੰ ਦਸਾਈ ਗੰਜ ਥਾਣੇ 'ਚ ਰੈਪਟ ਦਰਜ ਕਰਵਾ ਦਿੱਤੀ ਕਿ ਉਹਦੀ ਭੈਣ ਮਥਰਾ ਨੂੰ ਅਸ਼ੋਕ ਨੇ ਉਧਾਲ ਲਿਆ ਤੇ ਇਸ ਅਪਰਾਧ 'ਚ ਅਸ਼ੋਕ ਦੀ ਮਾਸੀ 누ਸ਼ੀ ਤੇ ਉਹਦੇ ਮਾਸੜ ਲਕਸ਼ਮਣ ਵੀ ਸ਼ਾਮਲ ਹਨ ਬਾਬੂ ਰਾਓ ਹੈੱਡ ਕਨਸਟੇਬਲ ਨੇ ਰਿਪੋਰਟ ਲਿਖੀ ਉਹਦੇ ਹੁਕਮ ਅਧੀਨ ਉਪਰੋਕਤ ਤਿੰਨੇ ਦੋਸ਼ੀ ਤੇ ਮਥਰਾ ਰਾਤ ਦੇ 9 ਵਜੇ ਥਾਣੇ ਲੈ ਆਂਦੇ ਗਏ। ਅਸ਼ੋਕ ਤੇ ਮਥਰਾ ਦੇ ਬਿਆਨ ਲਿਖਦੇ ਲਿਖਾਉਂਦੇ 1:30 ਵਜੇ ਗਏ। ਫਿਰ ਬਾਹੂ ਰਾ ਨੇ ਰਾਉ ਨੇ ਕਿਹਾ ਵੀ ਹੁਣ ਤੁਸੀਂ ਜਾਓ ਪਰ ਗਾਮਾ ਇਸੇ ਵੇਲੇ ਮਥਰਾ ਦੇ ਜਨਮ ਦਿਨ ਦਾਸ ਦੀ ਨਕਲ ਵੀ ਖਾ ਜਾਵੇ। ਇਹ ਹਦਾਇਤ ਦੇ ਕੇ ਉਹ ਆਪ ਖਾਣਾ ਖਾਣ ਘਰ ਚਲਾ ਗਿਆ। ਨੁਸ਼ੀ ਤੇ ਲਕਸ਼ਮਣ ਹੋਣੀ ਥਾਣੇੋਂ ਬਾਹਰ ਨਿਕਲਣ ਲੱਗੇ ਸੀ ਕਿ ਤੁੱਕਰਾਮ ਹੈਡ ਗਨ ਸਟੇਪਲ ਤੇ ਗਨਪਦ ਸਿਪਾਈ ਨੇ ਕਿਹਾ ਬਾਕੀ ਲੋਕ ਚਲੇ ਜਾਣ ਪਰ ਮਥਰਾ ਅਜੇ ਇੱਥੇ ਰਹੇਗੀ ਇਸ ਤਰ੍ਹਾਂ ਮਥਰਾ ਨੂੰ ਉਹਦੇ ਸਾਥੀਆਂ ਤੋਂ ਅਲੱਗ ਕਰਕੇ ਗਨਪਤੋ ਨੂੰ ਥਾਣੇ ਦੇ ਪਿਛਵਾੜੇ ਇੱਕ ਟੱਟੀ 'ਚ ਲੈ ਗਿਆ ਉਸ ਨਾਲ ਛੇੜਖਾਨੀ ਕਰਨ ਲੱਗਾ ਤੇ ਫਿਰ ਉਹਨੇ ਮਥਰਾ ਕੋਲ ਇੱਕ ਇੱਕ ਛਪਰੀ 'ਚ ਲੈ ਆਂਦੀ ਤੇ ਉਹਨੂੰ ਜ਼ਮੀਨ ਤੇ ਸੱਦ ਕੇ ਉਹਦੇ ਵਿਰੋਧ ਦੇ ਬਾਵਜੂਦ ਉਹਦੀ ਇੱਜ਼ਤ ਲੁੱਟੀ ਆਪਣੀ ਕਾਮਵਾਸ਼ਨਾ ਤ੍ਰਿਪਤ ਕਰਕੇ ਉਹ ਚਲਾ ਗਿਆ ਤਾਂ ਤੁੱਕਾਰਾਮ ਜਿਹੜਾ ਨਜ਼ਦੀਕ ਹੀ ਮੰਜੀ ਤੇ ਬੈਠਾ ਸੀ ਆ ਮਥਰਾ ਦੇ ਉਦਾਲੇ ਹੋਇਆ ਉਹਨੇ ਮਥਰਾ ਨਾਲ ਛੇੜਛਾੜ ਕੀਤੀ ਪਰ ਬਹੁਤੀ ਜ਼ਿਆਦਾ ਨਸ਼ਈ ਹੋਣ ਕਾਰਨ ਉਹਨੂੰ ਉਹਦੇ ਨਾਲ ਕੁਝ ਵੀ ਕਰਨ ਚ ਸਫਲਤਾ ਨਾ ਮਿਲੀ ਜਦ ਮਥਰਾ ਬਹੁਤ देर ਵਾਪਸ ਨਾ ਆਈ ਤੇ ਬੱਤੀਆਂ ਬੁਝਾ ਕੇ ਥਾਣੇ ਦਾ ਬੂਹਾ ਬੰਦ ਕਰ ਦਿੱਤਾ ਜਾਣ ਲੱਗਾ ਤਾਂ ਚਿੰਤਤ ਹੋਏ ਨੁਸ਼ੀ ਹੋਣਾਂ ਨੇ ਸ਼ੋਰ ਪਾਉਣਾ ਆਰੰਭ ਦਿੱਤਾ ਤੇ ਉਹਦੇ ਨਾਲ ਦਰਸ਼ਕਾਂ ਦਾ ਇੱਕ ਜਲੂਸ ਇਕੱਠਾ ਹੋ ਗਿਆ ਉਦੋਂ ਹੀ ਤੁੱਕਾਰਾਮ ਬਾਹਰ ਆਇਆ ਤਾਂ ਨੁਸ਼ੀ ਨੇ ਉਸ ਤੋਂ ਮਥਰਾ ਬਾਰੇ ਪੁੱਛਿਆ ਉਹਨੇ ਜਵਾਬ ਦਿੱਤਾ ਮਥਰਾ ਪਹਿਲਾਂ ਹੀ ਜਾ ਚੁੱਕੀ ਹੈ ਇਹ ਗੱਲ ਗਲਤ ਸੀ ਮਥਰਾ ਤੁੱਕਾ ਰਾਮ ਦੇ ਜਾਣ ਬਾਅਦ-ਬਾਰ ਨਿਕਲੀ ਤੇ ਉਹਨੇ ਦੱਸਿਆ ਕਿ ਗਨਪਤ ਨੇ ਜ਼ਬਰਦਸਤੀ ਨਿਰਵਸਤਰ ਕਰਕੇ ਮੇਰਾ ਸਤ ਭੰਗ ਕੀਤਾ ਹੈ ਨੁਸ਼ੀ ਮਥਰਾ ਨੂੰ ਇੱਕ ਡਾਕਟਰ ਕੋਲ ਲੈ ਗਈ ਤੇ ਉਹਨੂੰ ਗਨਪਤ ਤੇ ਤੁੱਕਾ ਰਾਮ ਵੱਲੋਂ ਕੀਤੀ ਗਈ ਮਥਰਾ ਦੀ ਬੇਪਤੀ ਬਾਰੇ ਦੱਸਿਆ ਤਾਂ ਉਹਨੇ ਸਲਾਹ ਦਿੱਤੀ ਕਿ ਤੁਸੀਂ ਇਸ ਵਾਕਿਆ ਦੀ ਇਤਲਾਾ ਥਾਣੇ 'ਚ ਜਾ ਕੇ ਦਿਓ ਇਸ ਤੇ ਕੁਝ ਲੋਕ ਬਾਉਰਾ ਨੂੰ ਉਹਦੇ ਘਰੋਂ ਸਾਧ ਲਿਆਏ ਉਨੇ ਆ ਕੇ ਦੇਖਿਆ ਥਾਣੇ ਅੱਗੇ ਇਕੱਠ ਹੋਇਆ ਜਨ ਸਮੂਹ ਗਨਪਤ ਨੂੰ ਮਾਰਨ ਤੇ ਥਾਣੇ ਨੂੰ ਅੱਗ ਲਾਉਣ ਤੇ ਤਲਿਆ ਹੋਇਆ ਤਾਂ ਉਹਨੇ ਮਥਰਾ ਦਾ ਬਿਆਨ ਲਿਖਿਆ ਤੇ ਉਹਦੇ ਆਧਾਰ ਉੱਤੇ ਤੁੱਕਾ ਰਾਮ ਤੇ ਗਨਪਤ ਵਿਰੋਧ ਕਾਰਵਾਈ ਸ਼ੁਰੂ ਹੋ ਗਈ ਇਹ ਮੁਕੱਦਮਾ ਚੰਦਰਪੁਰ ਦੇ ਸੈਸ਼ਨ ਜੱਜ ਨੇ ਸੁਣਿਆ ਤੇ ਉਹਨੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਉਹਦੀ رائے ਅਨੁਸਾਰ ਮਥਰਾ ਬੇਹੱਦ ਝੂਠੀ ਸੀ ਤੇ ਉਹਦੀ ਦੱਸੀ ਕਹਾਣੀ ਉੱਕਾ ਦਿਲ ਨਹੀਂ ਸੀ ਲੱਗਦੀ ਵੱਤਵਦ ਗਨਪਤ ਨੇ ਉਹਦੇ ਨਾਲ ਭੋਗ ਕੀਤਾ ਸੀ ਤੇ ਭੋਗ ਤੇ ਜ਼ਬਰਜਨਾਹ ਇੱਕੋ ਚੀਜ਼ ਨਹੀਂ ਹੁੰਦੀ ਇਸ ਫੈਸਲੇ ਦੀ ਅਪੀਲ ਹੋਈ ਤੇ ਹਾਈ ਕੋਰਟ ਨੇ ਸੈਸ਼ਨ ਜੱਜ ਦਾ ਹੁਕਮ ਰੱਦ ਕਰਕੇ ਤੁੱਕਾ ਰਾਮ ਨੂੰ ਸਾਲ ਭਰ ਦੀ ਗਨਪਤ ਨੂੰ 5 ਸਾਲ ਦੀ ਕੈਦ ਕਰ ਦਿੱਤੀ ਦੋਸ਼ੀ ਸੁਪਰੀਮ ਕੋਰਟ ਪਹੁੰਚੇ ਤੇ ਇਸ ਅਦਾਲਤ ਨੇ ਸੈਸ਼ਨ ਜੱਜ ਦਾ ਹੁਕਮ ਸਹੀ ਸਮਝ ਕੇ ਬਹਾਲ ਕਰ ਦਿੱਤਾ ਤੁੱਕਾ ਰਾਮ ਤੇ ਗਨਪਤ ਫਿਰ ਬਰੀ ਹੋ ਗਏ ਦੋ ਨਿਹਾਇਤ ਜ਼ਰੂਰੀ ਸਵਾਲ ਇਸ ਮੁਕਦਮੇ ਦੇ ਵਿਰੋਧ ਗੋਚਰੇ ਸਨ ਪਹਿਲਾ ਕੀ ਲੜਕੀ ਦੀ ਉਮਰ 16 ਸਾਲ ਜਾਂ ਇਸ ਤੋਂ ਵੱਧ ਸੀ ਤੇ ਦੂਜਾ ਕੀ ਗਨਪਤ ਦਾ ਮਥਰਾ ਨਾਲ ਕੀਤਾ ਗਿਆ ਭੋਗ ਉਹਦੀ ਸੁਤੰਤਰ ਇੱਛਾ ਜਾਂ ਸਮਤੀ ਨਾਲ ਕੀਤਾ ਗਿਆ ਸੀ ਪਹਿਲਾ ਮਸਲਾ ਤਾਂ ਡਾਕਟਰ ਦੀ ਸ਼ਹਾਦਤ ਨੇ ਹੱਲ ਕਰ ਦਿੱਤਾ ਉਹਨੇ ਕਿਹਾ ਮਥਰਾ ਦੀ ਉਮਰ ਅੰਦਾਜ਼ਨ 14 ਤੋਂ 16 ਸਾਲ ਦੇ ਕਰੀਬ ਹੈ ਸੋ ਜੇ ਉਹ 16 ਸਾਲ ਦੀ ਸੀ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਉਹਦੀ ਸਮਤੀ ਨਾਲ ਕੀਤਾ ਗਿਆ ਭੋਗ ਵੀ ਕਾਨੂੰਨ ਦੀ ਨਜ਼ਰ ਚ ਬਲਤਕਾਰ ਰਹੀ ਗੱਲ ਜ਼ਬਰਦਸਤੀ ਦੀ ਡਾਕਟਰ ਨੇ ਵੇਖਿਆ ਕਿ ਕੁੜੀ ਭੋਗ ਕਰਨ ਦੀ ਆਦੀ ਸੀ ਉਹਦੇ ਸਰੀਰ ਤੇ ਕਿਸੇ ਜ਼ਰਬ ਦੇ ਨਿਸ਼ਾਨ ਨਹੀਂ ਸਨ ਇਹ ਤੋਂ ਵੀ ਇਹੋ ਜ਼ਰ ਹੁੰਦਾ ਸੀ ਕਿ ਉਹਦੇ ਨਾਲ ਧੱਕਾ ਨਹੀਂ ਸੀ ਕੀਤਾ ਗਿਆ ਭਾਵੇਂ ਕੁੜੀ ਦੇ ਆਦੀ ਹੋਣ ਦਾ ਕੋਈ ਠੋਸ ਸਬੂਤ ਨਹੀਂ ਸੀ ਮਿਲਿਆ ਤੇ ਕਾਨੂੰਨ ਅਨੁਸਾਰ ਜੋ ਹਾਲਾਤ ਦੋ ਤਰਕਸੰਗਤ ਨਿਰਣੇ ਲੈਣ ਦੇ ਅਨੁਕੂਲ ਹੋਣ ਤਾਂ ਉਸ ਨਿਰਣੇ ਨੂੰ ਪਹਲ ਦੇਣੀ ਚਾਹੀਦੀ ਹੈ ਜਿਹੜਾ ਦੋਸ਼ਾਂ ਦੇ ਹੱਕਚ ਹੋਵੇ ਹਾਈ ਕੋਰਟ ਨੇ ਮਥਰਾ ਦਾ ਇਹ ਕਥਨ درست ਮੰਨ ਲਿਆ ਕਿ ਉਹਦੇ ਨਾਲ ਗਨਪਤ ਨੇ ਢਿੰਗੋ ਜੋਰੀ ਪੋਕੀਤਾ ਤੇ ਇਸ ਦ੍ਰਿਸ਼ਟੀਕੋਣ ਦੀ ਪੁਸ਼ਟੀ ਦੋਸ਼ੀ ਤੇ ਮਜ਼ਲੂਮ ਕੁੜੀ ਦੇ ਕੱਪੜੇ ਹੁੰਦੇ ਵੀਰੇਜ ਦੇ ਤੱਬਿਆਂ ਤੋਂ ਹੁੰਦੀ ਸੀ ਹਾਈ ਕੋਰਟ ਨੇ ਦਲੀਲ ਦਿੱਤੀ ਕਿ ਮਥਰਾ ਲਈ ਗਨਪਤ ਨੇ ਤੇ ਤੁੱਕਾ ਰਾਮ ਦੋਵੇਂ ਅਜਨਬੀ ਸੀ ਤੇ ਸੰਭਵ ਨਹੀਂ ਸੀ ਕਿ ਉਹਨੇ ਉਹਨਾਂ ਨੂੰ ਆਪਣੀ ਕਾਮਵਾਚਨਾ ਦੀ ਤ੍ਰਿਪਤੀ ਲਈ ਨਿਮੰਤਰਣ ਦਿੱਤਾ ਹੋਵੇ ਖਾਸ ਤਰਤੇ ਉਦੋਂ ਜਦੋਂ ਉਹਦੇ ਭਰਾ ਦੀ ਉਹਦੇ ਉਧਾਲੇ ਜਾਣ ਬਾਰੇ ਦਿੱਤੀ ਅਰਜ਼ੀ ਪੁਲਿਸ ਕੋਲ ਤਫ਼ਤੀਸ਼ ਅਧੀਨ ਸੀ ਸੋ ਪਹਿਲੇ ਦੋਸ਼ੀਆਂ ਨੇ ਕੀਤੀ ਹੋਏਗੀ ਤੇ ਜਿਸ ਸਥਿਤੀ ਚ ਮਥਰਾ ਉਲਜੀ ਸੀ ਉਹ ਉਹਨਾਂ ਦਾ ਵਿਰੋਧ ਨਹੀਂ ਸੀ ਕਰ ਸਕਦੀ ਕਿਉਂਕਿ ਉਹਨੇ ਵਿਚਾਰਗੀ ਦੀ ਦਸ਼ਾਤ ਆਪਣੇ ਸਰੀਰ ਨਾਲ ਹੁੰਦਾ ਜ਼ਬਰਦਸਤ ਕਰ ਲਿਆ ਸੀ ਇਹਦਾ ਭਾਵੇਂ ਨਹੀਂ ਕਿ ਇਹ ਸਭ ਉਹਦੀ ਮਰਜ਼ੀ ਨਾਲ ਹੋਇਆ ਜਾਂ ਇਹ ਉਹਦੇ ਵਿੱਚ ਰਜ਼ਾਮੰਦ ਸੀ ਉਹਦੇ ਵਿਪਰੀਤ ਤੇ ਜ਼ਿਆਦਾ ਅਗਲਬ ਸੀ ਕਿ ਆਪਣੇ ਭਰਾ ਦੀ ਦਿੱਤੀ ਅਰਜ਼ੀ 'ਚ ਫਸੀ ਹੋਣ ਕਰਕੇ ਅੱਧੀ ਰਾਤ ਥਾਣੇ 'ਚ ਕੱਲੀ ਉਹ ਪੁਲਸੀਆਂ ਦੀ ਹਵਸ ਦਾ ਸ਼ਿਕਾਰ ਹੋ ਗਈ ਤੇ ਉਹਦੀ ਆਪਣੀ ਇੱਛਾ ਜਾਂ ਸம்மਤੀ ਇਸ ਵਿੱਚ ਸ਼ਾਮਲ ਨਹੀਂ ਸੀ ਇਹਦਾ ਸਬੂਤ ਇਸ ਗੱਲ ਤੇ ਵੀ ਮਿਲਦਾ ਸੀ ਕਿ ਉਹਨੇ ਥਾਣੇ ਤੋਂ ਬਾਹਰ ਨਿਕਲਦਿਆਂ ਹੀ ਜੋ ਕੁਝ ਉਹਦੇ ਨਾਲ ਬੀਤਿਆ ਸੀ ਆਪਣੇ ਰਿਸ਼ਤੇਦਾਰਾਂ ਤੇ ਹਜੂਮ 'ਚ ਸ਼ਰੀਕ ਹੋਰ ਲੋਕਾਂ ਨੂੰ ਦੱਸ ਦਿੱਤਾ ਜਿੱਥੋਂ ਤੱਕ ਤੁੱਕਰਾਮ ਦਾ ਸਬੰਧ ਹੈ ਹਾਈ ਕੋਰਟ ਨੇ ਇਹ ਤਾਂ ਨਹੀਂ ਮੰਨਿਆ ਕਿ ਉਹਨੇ ਮਥਰਾ ਨਾਲ ਜ਼ਬਰ ਜਨਾਹ ਕਰਨ ਦਾ ਯਤਨ ਕੀਤਾ ਸੀ ਪਰ ਉਹਦਾ ਕਥਨ ਕਿ ਇਸ ਦੋਸ਼ੀ ਨੇ ਉਹਦੇ ਪ੍ਰਾਈਵੇਟ ਅੰਗਾਂ ਨਾਲ ਛੇੜਖਾਨੀ ਕੀਤੀ ਸੀ ਪ੍ਰਵਾਨ ਕਰ ਲਿਆ ਹਾਈ ਕੋਰਟ ਦੇ ਹੁਕਮ ਦੇ ਖਿਲਾਫ ਅਪੀਲ ਸੁਣਦਿਆਂ ਸੁਪਰੀਮ ਕੋਰਟ ਇਸ ਨਤੀਜੇ ਤੇ ਪਹੁੰਚੀ ਕਿ ਅਜਿਹੀ ਕੋਈ ਸ਼ਹਾਦਤ ਨਹੀਂ ਜਿਸ ਤੇ ਕਰਾਰ ਦਿੱਤਾ ਜਾ ਸਕੇ ਕਿ ਮਥਰਾ ਇਸ ਤਰ੍ਹਾਂ ਡਰਾਈ ਜਾਂ ਮਜਬੂਰ ਕੀਤੀ ਗਈ ਸੀ ਕਿ ਉਹਦੇ ਵੱਲੋਂ ਵਿਰੋਧ ਦੀ ਅਣਹੋਂਦ ਨੂੰ ਅਕਰਮਕਤਾਬੇਦਾਰੀ ਪੈਸਿਵ ਸਬਮਿਸ਼ਨ ਕਿਹਾ ਜਾ ਸਕੀ ਲੜਕੀ ਦੇ ਸਰੀਰ ਉਤੇ ਕਿਸੇ ਵੀ ਝੋਟ ਦੇ ਨਿਸ਼ਾਨ ਦਾ ਨਾ ਹੋਣਾ ਜ਼ਾਹਿਰ ਕਰਦਾ ਸੀ ਕਿ ਜੋ ਕੁਝ ਹੋਇਆ ਸ਼ਾਂਤੀਪੂਰਵਕ ਹੋਇਆ ਤੇ ਉਹਦੇ ਵੱਲੋਂ ਸਖਤ ਮੁਕਾਲਫਤ ਦੀ ਕਹਾਣੀ ਇੱਕ ਸਿਰਿਓਂ ਝੂਠੀ ਸੀ ਤੇ ਉਸੇ ਤਰ੍ਹਾਂ ਇਹ ਵੀ ਗਲਤ ਸੀ ਕਿ ਉਹਨੇ ਸਹਾਇਤਾ ਲਈ ਜ਼ੋਰ ਦੀ ਚੀਕਾਂ ਮਾਰੀਆਂ ਸੀ ਜਦੋਂ ਆਪਣੇ ਭਰਾ ਨੁਸ਼ੀ ਆਦ ਦੇ ਸਾਥ ਵਿੱਚ ਥਾਣੇੋਂ ਬਾਹਰ ਨਿਕਲ ਰਹੀ ਸੀ ਉਹ ਦੋਨੂੰ ਗਨਪਤ ਦਾ ਕਿਹੜਾ ਡਰ ਮਾਰ ਰਿਹਾ ਸੀ ਕਿ ਉਹ ਬਿਨਾਂ ਵਿਰੋਧ ਉਹਦੇ ਨਾਲ ਤੁਰ ਪਈ ਉਹਦਾ ਇਸ ਤਰ੍ਹਾਂ ਚੁੱਪਚਾਪ ਤੁਰ ਜਾਣਾ ਤੇ ਦੋਸ਼ੀ ਨੂੰ ਪੂਰੀ ਤਰ੍ਹਾਂ ਆਪਣੀ ਤ੍ਰਿਪਤੀ ਕਰ ਲੈਣ ਦੇਣਾ ਜ਼ਾਹਰ ਕਰਦਾ ਸੀ ਕਿ ਉਹਦਾ ਦੋਸ਼ੀਆਂ ਵੱਲੋਂ ਕਥਿਤ ਸੰਮਤੀ ਨਿਰਇਕਰਮ ਅਕਰਮਕਤਾਬੇਕਾਰੀ ਨਹੀਂ ਸੀ ਹੋ ਸਕਦੀ ਉਨੂੰ ਮੌਤ ਜਾਂ ਸੱਟ ਦਾ ਭੈ ਨਹੀਂ ਸੀ ਦਿੱਤਾ ਗਿਆ ਇਸ ਲਈ ਉਹਦੇ ਨਾਲ ਕੀਤਾ ਗਿਆ ਭੋਗ ਬਲਤਕਾਰ ਨਹੀਂ ਸੀ ਮੰਨਿਆ ਜਾ ਸਕਦਾ ਤੁੱਕਰਾਮ ਤੇ ਲਾਏ ਦੋਸ਼ ਦਾ ਸੁਪਰੀਮ ਕੋਰਟ ਨੇ ਤਾਂ ਵਿਸ਼ਵਾਸ ਨਾ ਕੀਤਾ ਕਿਉਂਕਿ ਮੁੰਡਲੀ ਰਿਪੋਰਟ ਚ ਮਥਰਾ ਨਹੀਂ ਕਿਹਾ ਸੀ ਕਿ ਇਸ ਦੋਸ਼ੀ ਨੇ ਉਹਦਾ ਸੱਤ ਜ਼ਬਰਦਸਤੀ ਭੰਗ ਕੀਤਾ ਸੀ ਜਦ ਕਿ ਮੁਕਦਮੇ ਦੇ ਦੌਰਾਨ ਇਹ ਅਪਰਾਧ ਉਹਨੇ ਗਨਪਤ ਦੇ ਮੱਥੇ ਤੇ ਛਿਪ ਦਿੱਤਾ ਤੁੱਕਰਾਮ ਦੀ ਵਾਕਿਆ ਵੇਲੇ ਖਾਣੇ ਦੀ ਮੌਜੂਦਗੀ ਹੀ ਉਹਨੂੰ ਅਪਰਾਧੀ ਗਰਦਾਨਣ ਲਈ ਕਾਫੀ ਨਹੀਂ ਸੀ ਇਨ੍ਹਾਂ ਤਰਕਾਂ ਦੇ ਸੰਮੁਖ ਸੁਪਰੀਮ ਕੋਰਟ ਨੇ ਦੋਵੇਂ ਦੋਸ਼ੀ ਬਰੀ ਕਰ ਦਿੱਤੇ ਹੁਣ ਮਹਾਰਾਸ਼ਟਰ ਸਰਕਾਰ ਤੇ ਔਰਤਾਂ ਦੀਆਂ ਕਈ ਜਥੇਬੰਦੀਆਂ ਨਾਲ ਨਾਲੋਂ ਯਾਚਨਾ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਆਪਣੇ ਫੈਸਲੇ ਉੱਤੇ ਦੁਬਾਰਾ ਵਿਚਾਰ ਕਰੇ ਉਹਨਾਂ ਅਨੁਸਾਰ ਮਥਰਾ ਹਾਲਾਤ ਦੇ ਹੱਥੋਂ ਇਸ ਤਰ੍ਹਾਂ ਬੇਬਸ ਸੀ ਕਿ ਉਹਦੇ ਕੋਲੋਂ ਪੁਲਿਸ ਅਧਿਕਾਰੀਆਂ ਦਾ ਵਿਰੋਧ ਕਿਸੇ ਤਰ੍ਹਾਂ ਸੰਭਵ ਨਹੀਂ ਸੀ ਹੋ ਸਕਦਾ ਸੋ ਦੇ ਮੁਖਾਲਫਤ ਨਾ ਕਰਨ ਦੇ ਅਰਥ ਨਹੀਂ ਕੱਢੇ ਜਾ ਸਕਦੇ ਕਿ ਅਪਰਾਧੀਆਂ ਨੂੰ ਉਹਦੀ ਰਜ਼ਾਮੰਦੀ ਪ੍ਰਾਪਤ ਸੀ ਜਾਂ ਉਹ ਆਪ ਹੀ ਇੱਛਾ ਵਾਂਸੀ ਇਹ ਵਕਤ ਦੱਸੇਗਾ ਕਿ ਸਾਡੀ ਸਰਵਉੱਚ ਅਦਾਲਤ ਉਹਨਾਂ ਨਾਲ ਸਹਿਮਤ ਹੁੰਦੀ ਹੈ ਕਿ ਨਹੀਂ ਧੰਨਵਾਦ